ਤਸਵੀਰਾਂ ਇੱਕ ਦਰਦਨਾਕ ਹਾਦਸੇ ਦੀਆਂ ਨੇ ਜਿੱਥੇ ਇੱਕ ਐਕਟਿਵਾ ਸਵਾਰ ਤੇ ਬਾਈਕ ਚਾਲਕ ਦੇ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ। ਸਕੂਟੀ ਦੇ ਉੱਤੇ ਦੋ ਔਰਤਾਂ ਸਵਾਰ ਸਨ ਤੇ ਬਾਈਕ ਇੱਕ ਲੜਕਾ ਚਲਾ ਰਿਹਾ ਸੀ ਜੋ ਕਿ ਕਾਫੀ ਤੇਜ਼ ਰਫ਼ਤਾਰ 'ਚ ਦੱਸਿਆ ਜਾ ਰਿਹਾ ਸੀ। ਗਲੀ 'ਚੋਂ ਬਾਹਰ ਨਿਕਲਦਿਆਂ ਹੀ ਤੇਜ਼ ਰਫ਼ਤਾਰ ਦੇ ਨਾਲ ਜਦੋਂ ਇਹ ਸੜਕ ਤੇ ਆਇਆ ਤਾਂ ਸਾਹਮਣੇ ਨਿਕਲ ਰਹੀ ਐਕਟਿਵਾ ਦੇ ਵਿੱਚ ਜਾ ਵੱਜਿਆ। ਟੱਕਰ ਇੰਨੀ ਜ਼ੋਰਦਾਰ ਹੋਈ ਕਿ ਐਕਟਿਵਾ ਸਵਾਰ ਦੋਨੋਂ ਔਰਤਾਂ ਫੁੱਟਪਾਥ ਤੇ ਜਾ ਕੇ ਡਿੱਗੀਆਂ ਜਿਸ ਕਰਕੇ ਉਹਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ। ਹਾਦਸਾ ਬੋਹਰ ਦੇ ਮਲੋਟ ਰੋਡ ਤੇ ਵਾਪਰਿਆ ਜਿੱਥੇ ਪੈਟਰੋਲ ਪੰਪ ਦੇ ਨਜ਼ਦੀਕ ਹੀ ਇਹ ਤੇਜ਼ ਰਫ਼ਤਾਰ ਬਾਈਕ ਸਵਾਰ ਆਉਂਦਾ ਹੈ ਤੇ ਐਕਟਿਵਾ ਦੇ ਵਿੱਚ ਜ਼ੋਰ ਨਾਲ ਟੱਕਰ ਮਾਰ ਦਿੰਦਾ ਹੈ। ਦੋਨੋਂ ਔਰਤਾਂ ਗੰਭੀਰ ਜ਼ਖਮੀ ਹੋ ਜਾਂਦੀਆਂ ਹਨ ਕਿਉਂਕਿ ਇਹ ਕਾਫੀ ਦੂਰ ਤੱਕ ਉੱਛਲ ਕੇ ਫੁੱਟਪਾਥ ਤੇ ਜਾ ਕੇ ਡਿੱਗ ਜਾਂਦੀਆਂ ਹਨ। ਉਧਰ ਬਾਈਕ ਚਾਲਕ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਤੇ ਤਿੰਨਾਂ ਨੂੰ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸੜਕ ਤੋਂ ਐਕਟਿਵਾ ਤੇ ਇਹ ਦੋ ਔਰਤਾਂ ਨਿਕਲ ਰਹੀਆਂ ਸਨ ਤਾਂ ਉਧਰੋਂ ਹੀ ਗਲੀ ਦੇ ਵਿੱਚੋਂ ਬੜੀ ਤੇਜ਼ ਰਫ਼ਤਾਰ ਦੇ ਨਾਲ ਇਹ ਬਾਈਕ ਸਵਾਰ ਆਉਂਦਾ ਹੈ ਜਿਸ ਦੀ ਸ਼ਾਇਦ ਬ੍ਰੇਕ ਵੀ ਨਹੀਂ ਲੱਗਦੀ ਤੇ ਸਿੱਧਾ ਐਕਟਿਵਾ ਦੇ ਵਿੱਚ ਜਾ ਕੇ ਬਾਈਕ ਮਾਰ ਦਿੰਦਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨੋਂ ਔਰਤਾਂ ਐਕਟਿਵਾ ਸਣੇ ਫੁੱਟਪਾਥ ਤੇ ਜਾ ਕੇ ਡਿੱਗਦੀਆਂ ਨੇ ਜਿਸ ਕਰਕੇ ਦੋਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਖੂਨ ਨਾਲ ਲੱਥਪੱਥ ਔਰਤਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਦੋਵੇਂ ਵਾਹਨ ਕਬਜ਼ੇ 'ਚ ਲੈ ਲਏ ਗਏ ਨੇ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਥੇ ਚਸ਼ਮਦੀਦਾਂ ਦਾ ਵੀ ਕਹਿਣਾ ਹੈ ਕਿ ਇਹ ਬਾਈਕ ਸਵਾਰ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ ਜਿਸ ਨੇ ਸੜਕ ਤੇ ਆ ਕੇ ਵੀ ਬ੍ਰੇਕ ਨਹੀਂ ਲਗਾਈ ਅਤੇ ਸਿੱਧਾ ਐਕਟਿਵਾ ਦੇ ਵਿੱਚ ਟੱਕਰ ਮਾਰ ਦਿੱਤੀ। ਫਿਲਹਾਲ ਇਹ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਿਹਦੇ ਤੇ ਸੀਗਾ ਮੋਟਰਸਾਈਕਲ? ਅੱਛਾ, ਉਹਨਾਂ ਦੇ ਕੌਣ ਸੀ ਸਕੂਟਰੀ ਤੇ? ਤਸਵੀਰਾਂ ਇੱਕ ਦਰਦਨਾਕ ਹਾਦਸੇ ਦੀਆਂ ਨੇ ਜਿੱਥੇ ਇੱਕ ਐਕਟਿਵਾ ਸਵਾਰ ਤੇ ਬਾਈਕ ਚਾਲਕ ਦੇ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ। ਸਕੂਟੀ ਦੇ ਉੱਤੇ ਦੋ ਔਰਤਾਂ ਸਵਾਰ ਸਨ ਤੇ ਬਾਈਕ ਇੱਕ ਲੜਕਾ ਚਲਾ ਰਿਹਾ ਸੀ ਜੋ ਕਿ ਕਾਫੀ ਤੇਜ਼ ਰਫ਼ਤਾਰ 'ਚ ਦੱਸਿਆ ਜਾ ਰਿਹਾ ਸੀ। ਗਲੀ 'ਚੋਂ ਬਾਹਰ ਨਿਕਲਦਿਆਂ ਹੀ ਤੇਜ਼ ਰਫ਼ਤਾਰ ਦੇ ਨਾਲ ਜਦੋਂ ਇਹ ਸੜਕ ਤੇ ਆਇਆ ਤਾਂ ਸਾਹਮਣੇ ਨਿਕਲ ਰਹੀ ਐਕਟਿਵਾ ਦੇ ਵਿੱਚ ਜਾ ਵੱਜਿਆ। ਟੱਕਰ ਇੰਨੀ ਜ਼ੋਰਦਾਰ ਹੋਈ ਕਿ ਐਕਟਿਵਾ ਸਵਾਰ ਦੋਨੋਂ ਔਰਤਾਂ ਫੁੱਟਪਾਥ ਤੇ ਜਾ ਕੇ ਡਿੱਗੀਆਂ ਜਿਸ ਕਰਕੇ ਉਹਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ। ਹਾਦਸਾ ਬੋਹਰ ਦੇ ਮਲੋਟ ਰੋਡ ਤੇ ਵਾਪਰਿਆ ਜਿੱਥੇ ਪੈਟਰੋਲ ਪੰਪ ਦੇ ਨਜ਼ਦੀਕ ਹੀ ਇਹ ਤੇਜ਼ ਰਫ਼ਤਾਰ ਬਾਈਕ ਸਵਾਰ ਆਉਂਦਾ ਹੈ ਤੇ ਐਕਟਿਵਾ ਦੇ ਵਿੱਚ ਜ਼ੋਰ ਨਾਲ ਟੱਕਰ ਮਾਰ ਦਿੰਦਾ ਹੈ। ਦੋਨੋਂ ਔਰਤਾਂ ਗੰਭੀਰ ਜ਼ਖਮੀ ਹੋ ਜਾਂਦੀਆਂ ਹਨ ਕਿਉਂਕਿ ਇਹ ਕਾਫੀ ਦੂਰ ਤੱਕ ਉੱਛਲ ਕੇ ਫੁੱਟਪਾਥ ਤੇ ਜਾ ਕੇ ਡਿੱਗ ਜਾਂਦੀਆਂ ਹਨ। ਉਧਰ ਬਾਈਕ ਚਾਲਕ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਤੇ ਤਿੰਨਾਂ ਨੂੰ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸੜਕ ਤੋਂ ਐਕਟਿਵਾ ਤੇ ਇਹ ਦੋ ਔਰਤਾਂ ਨਿਕਲ ਰਹੀਆਂ ਸਨ ਤਾਂ ਉਧਰੋਂ ਹੀ ਗਲੀ ਦੇ ਵਿੱਚੋਂ ਬੜੀ ਤੇਜ਼ ਰਫ਼ਤਾਰ ਦੇ ਨਾਲ ਇਹ ਬਾਈਕ ਸਵਾਰ ਆਉਂਦਾ ਹੈ ਜਿਸ ਦੀ ਸ਼ਾਇਦ ਬ੍ਰੇਕ ਵੀ ਨਹੀਂ ਲੱਗਦੀ ਤੇ ਸਿੱਧਾ ਐਕਟਿਵਾ ਦੇ ਵਿੱਚ ਜਾ ਕੇ ਬਾਈਕ ਮਾਰ ਦਿੰਦਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨੋਂ ਔਰਤਾਂ ਐਕਟਿਵਾ ਸਣੇ ਫੁੱਟਪਾਥ ਤੇ ਜਾ ਕੇ ਡਿੱਗਦੀਆਂ ਨੇ ਜਿਸ ਕਰਕੇ ਦੋਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਖੂਨ ਨਾਲ ਲੱਥਪੱਥ ਔਰਤਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਦੋਵੇਂ ਵਾਹਨ ਕਬਜ਼ੇ 'ਚ ਲੈ ਲਏ ਗਏ ਨੇ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਥੇ ਚਸ਼ਮਦੀਦਾਂ ਦਾ ਵੀ ਕਹਿਣਾ ਹੈ ਕਿ ਇਹ ਬਾਈਕ ਸਵਾਰ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ ਜਿਸ ਨੇ ਸੜਕ ਤੇ ਆ ਕੇ ਵੀ ਬ੍ਰੇਕ ਨਹੀਂ ਲਗਾਈ ਅਤੇ ਸਿੱਧਾ ਐਕਟਿਵਾ ਦੇ ਵਿੱਚ ਟੱਕਰ ਮਾਰ ਦਿੱਤੀ। ਫਿਲਹਾਲ ਇਹ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਿਹਦੇ ਤੇ ਸੀਗਾ ਮੋਟਰਸਾਈਕਲ? ਅੱਛਾ, ਉਹਨਾਂ ਦੇ ਕੌਣ ਸੀ ਸਕੂਟਰੀ ਤੇ? ਅੱਛਾ, ਕਿਵੇਂ ਆ ਹੁਣ ਇਹਨਾਂ ਦੀ? ਅੱਛਾ, ਐਂਬੂਲੈਂਸ ਕਿਵੇਂ ਆ ਹੁਣ ਇਹਨਾਂ ਦੀ? ਅੱਛਾ, ਐਂਬੂਲੈਂਸ।